ਸਤ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਕਿਵੇਂ ਹੋ ਤੁਸੀਂ ਸਾਰੇ ਜੀ ਗਰਮੀ ਤੋਂ ਬਚੇ ਰਹੋ ਗਰਮੀ ਬਹੁਤ ਜ਼ਿਆਦਾ ਹੈ ਤੇ ਮੈਂ ਇੱਕ ਵੀਡੀਓ ਬਣਾਉਣੀ ਸੀ ਇਸ ਵਿਸ਼ੇ ਦੇ ਉੱਤੇ ਕਿ ਕਿੰਨੀ ਜ਼ਿਆਦਾ ਗਰਮੀ ਵੱਧ ਰਹੀ ਹੈ ਉਹਦੇ ਲਈ ਕੌਣ ਜ਼ਿੰਮੇਵਾਰ ਹੈ ਕੀ ਹੈ ਮੇਰੀ ਇੱਕ ਬੇਨਤੀ ਹੈ ਮੇਰੇ ਵੀਰਾਂ ਭੈਣਾਂ ਨੂੰ ਆਪਣਾ ਸੁਝਾਅ ਜ਼ਰੂਰ ਦੇਣਾ ਕਦੇ ਮੈਂ ਮਤਲਬ ਵੀਡੀਓ ਬਣਾ ਕੇ ਆਪਾਂ ਗੱਲਾਂ ਕਰਾਂਗੇ ਪਰ ਤੁਸੀਂ ਕੀ ਸੋਚਦੇ ਹੋ ਜੋ ਇੰਨੀ ਜ਼ਿਆਦਾ ਗਰਮੀ ਪਾਰੀ ਇਹਦੇ ਕੀ ਕੀ ਕਾਰਨ ਨੇ ਕਿੱਥੇ ਕਮੀ ਹੈ ਮਨੁੱਖ ਕੀ ਗਲਤੀਆਂ ਕਰ ਰਿਹਾ ਹੈ ਕਿਉਂਕਿ ਮੈਨੂੰ ਇੰਨਾ ਕੁ ਹੈ ਕਿ ਜਿਹੜੀ ਮੈਨੂੰ ਸੁਣਨ ਵਾਲੇ ਮੇਰੇ ਦਰਸ਼ਕ ਨੇ ਉਹ ਸੂਝਵਾਨ ਨੇ ਸਮਝਦਾਰ ਨੇ ਤਾਂ ਉਹ ਆਪਣੇ ਆਪਣੇ ਸਜਾਤ ਜ਼ਰੂਰ ਦਿਓ ਕਮੈਂਟ ਬਾਕਸ ਦੇ ਵਿੱਚ ਕਿ ਤੁਸੀਂ ਕੀ ਮੰਨਦੇ ਹੋ ਕਿ ਜੋ ਇਹਨੇ ਮੀਂਹ ਕੱਢ ਰਹੀ ਨਹੀਂ ਗਰਮੀ ਵਧ ਰਹੀ ਹੈ ਦਾ ਕੀ ਕਾਰਨ ਹੈ ਇਦਲੀ ਕੀ ਕਰਨਾ ਚਾਹੀਦਾ ਹੈ ਤੁਸੀਂ ਜਰੂਰ ਦੱਸਿਓ ਬਾਕੀ ਲੰਬੀ ਗੱਲ ਆਪਾਂ ਇਸ ਵਿਸ਼ੇ ਤੇ ਕਦੇ ਜਰੂਰ ਕਰਾਂਗੇ ਤੇ ਅੱਜ ਇੱਕ ਇਹੋ ਜੀ ਹਰੇਵਾਈ ਦਾ ਪਿਆਰਾ ਜਿਹਾ ਲੋਕ ਗੀਤ ਤੁਸੀਂ ਦੇਖੋ ਜੋ ਮੈਂ ਗੱਲ ਕਰ ਰਹੀ ਸੀ ਨਾ ਤੁਹਾਡੇ ਨਾਲ ਐਵੇਂ ਦਾ ਇੱਕ ਲੋਕ ਗੀਤ ਹੈ ਹਰੇਵਾਈ ਹਰੀਆਲੀ ਹਨਾ ਇਹਦਾ ਬਹੁਤ ਜ਼ਿਆਦਾ ਮਤਲਬ ਇੱਕ ਮਹੱਤਤਾ ਹੈ ਸਾਡੇ ਸਭਿਆਚਾਰ ਦੇ ਵਿੱਚ ਕਿਉਂਕਿ ਹਰਿਆਲੀ ਇੱਕ ਬਹੁਤ ਸੋਹਣਾ ਚਿੰਨ ਮੰਨਿਆ ਜਾਂਦਾ ਹੈ ਕਿਤੇ ਅਸੀਂ ਜਾਨੀਆ ਤਾਂ ਅਸੀਂ ਕਹਿੰਨੇ ਹਰੇਵਾ ਹੀ ਮੱਥੇ ਲੱਗੀ ਆ ਤੇ ਚੰਗਾ ਸ਼ਗਨ ਮੰਨਿਆ ਜਾਂਦਾ ਹੈ ਦੇਖੋ ਇਹ ਸਾਡੇ ਸਭਿਆਚਾਰ ਦੀਆਂ ਵੀ ਇਹ ਗੱਲਾਂ ਇਹ ਚੀਜ਼ਾਂ ਹਿੱਸਾ ਨੇ ਤੇ ਹੁਣ ਅਸੀਂ ਦੇਖਦੇ ਜਾ ਰਹੇ ਹਾਂ ਕਿ ਹਰਿਆਲੀ ਵੱਲ ਸਾਡਾ ਘਾਟ ਹੀ ਧਿਆਣੇ ਅੱਜਕੱਲ ਹਨ ਅਸੀਂ ਆਪਦੇ ਸੌਖਾ ਇਕੱਠੇ ਕਰਨ ਚ ਲੱਗੇ ਆ ਪਰ ਇਸ ਵਿਸ਼ੇ ਤੇ ਅਸੀਂ ਚਿੰਤਾ ਨਹੀਂ ਕਰ ਰਹੇ ਜੋ ਕਿ ਬਹੁਤ ਦੁੱਖ ਦੀ ਗੱਲ ਹੈ ਇਸ ਤਰ੍ਹਾਂ ਦਾ ਇੱਕ ਪਿਆਰਾ ਜਿਹਾ ਲੋਕ ਗੀਤ කියනේයුසාරීය උ්චියහවෙලීිය කියනේචමකයවඩබාරහරවයිචමකරහිමැකය. चमकाया वार हरे चमक रही बाबले ओ उच्चिया ह वेल्या अमडी चमकाया वड़ा बार। हरे चमक रही मैं क्या अमडी चमकाया वड़ा बार। हरे चमक रही कीने ओ सार ਉੱਚੀਆਂ ਹਵੇਲੀਆਂ ਕੀਨੇ ਲਿਖੇ ਤਿਤਰਮੋਰ ਹਰੇ ਵਾਈ ਚਮਕ ਰਹੀ ਮੈਂ ਕਿਆ ਕੀਨੇ ਲਿਖੇ ਤਿਤਰਮੋਰ ਹਰੇ ਵਾਈ ਚਮਕ ਰਹੀ ओ सारिया उचिया हवलिया पाबो ने लिखे तर् मोर हरे रही मैं क्या ਬਾ ਬੋਲੀ ਖੇਤੀ ਤਰਮੋਰ ਹਰੇ ਵਾਈ ਚਮਕ ਰਹੀ ਕੀ ਮੇ ਯ ਸਾਰੀਆਂ ਉਤਿਆ ਹਵੇਲੀਆ कौन सुता मैलिया के हरे वा चमकरही मैं क्या कौन सुता मैलिया के हरे वै चमकही मैली तता बीबीदा बनडा वगे पूरे दी ठंडी वानी हरे वाई रही मैं क्या वगे पूरे ठंडी के हरे चमक रही ਸੋ ਕਿੰਨਾ ਪਿਆਰਾ ਜਾਂ ਲੋਕਗੀਤ ਹੈ ਨਾ ਇਹ ਦੇਖੋ ਕਿੰਨੀਆਂ ਸੋਹਣੀਆਂ ਇੱਥੇ ਗੱਲਾਂ ਕੀਤੀਆਂ ਉੱਚੀਆਂ ਹਵੇਲੀਆਂ ਦੀ ਗੱਲ ਤੇ ਨਾਲ-ਨਾਲ ਹਰਿਆਲੀ ਦੀ ਗੱਲ ਕਿਉਂਕਿ ਹਰਿਆਲੀ ਤੋਂ ਬਿਨਾ ਜਿਹੜਾ ਸਾਡਾ ਆਲਾ ਦਵਾਲਾ ਏ ਉਹ ਇੱਕ ਚੰਗਾ ਸੰਕੇਤ ਜਾਂ ਚੰਗਾ ਚਿੰਨ ਨਹੀਂ ਹੈਗਾ ਹਰੇ ਵਈ ਦਾ ਮੁੱਕਣਾ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਦਾ ਮੁੱਕਣਾ ਮੰਨਿਆ ਜਾਂਦਾ ਹੈ ਸੋ ਸਾਰੇ ਵੀਰ ਭੈਣ ਕਿਰਪਾ ਕਰਕੇ ਬੇਨਤੀ ਹੈ ਜੀ ਇਸ ਚੀਜ਼ ਵੱਲ ਧਿਆਨ ਦਿਓ ਇਸ ਚੀਜ਼ ਤੇ ਮੇਰਾ ਬੋਲਣ ਨੂੰ ਬਹੁਤ ਜੀ ਕਰਦਾ ਸੀ ਸਮਾਂ ਕੱਢ ਕੇ ਮੈਂ ਇਸ ਤੇ ਇੱਕ ਲੰਬੀ ਵੀਡੀਓ ਬਣਾਉਂਗੀ ਤੇ ਤੁਹਾਡੇ ਤੱਕ ਜਰੂਰ ਪਹੁੰਚਾਉਂਗੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ